ਦੋਸਤੋ ਸਾਨੂੰ ਇਸ ਦੁਨੀਆ ਦੇ ਉੱਪਰ ਆਪਣੀ ਪਹਿਚਾਣ ਬਣਾਉਣ ਦੇ ਲਈ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ। ਫਿਰ ਬੇਸ਼ੱਕ ਅਸੀਂ ਕਿਸੇ ਵੀ ਫੀਲਡ ਨਾਲ ਸੰਬੰਧਿਤ ਕਿਉਂ ਨਾ ਹੋਈਏ, ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਅਜਿਹੇ ਹੀ ਸ਼ਖਸ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਆਪਣੀ ਮਿਹਨਤ ਦੇ ਦਮ 'ਤੇ ਕਬੱਡੀ ਖੇਡ ਦੇ ਵਿੱਚ ਆਪਣੀ ਪਹਿਚਾਣ ਪੂਰੀ ਦੁਨੀਆ ਵਿੱਚ ਬਣਾਈ। ਅਸੀਂ ਗੱਲ ਕਰਨ ਜਾ ਰਹੇ ਹਾਂ ਹਰਜੀਤ ਬਰਾੜ ਬਾਜਾਖਾਨਾ ਦੀ, ਜਿਸ ਨੂੰ ਕਿ ਕਬੱਡੀ ਦਾ ਭਗਵਾਨ ਵੀ ਕਿਹਾ ਜਾਂਦਾ ਹੈ। ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਹਰਜੀਤ ਬਰਾੜ ਦੇ ਜਨਮ ਤੋਂ ਲੈ ਕੇ ਉਸ ਦੀ ਮੌਤ ਤੱਕ ਦੀ ਪੂਰੀ ਕਹਾਣੀ ਦੱਸਾਂਗੇ। ਕਿਉਂ ਅੰਗਰੇਜ਼ ਹਰਜੀਤ ਬਰਾੜ ਨੂੰ ਨੋਟ ਛਾਪਣ ਦੀ ਮਸ਼ੀਨ ਕਹਿੰਦੇ ਸੀ, ਉਹਨਾਂ ਸਮਿਆਂ ਦੇ ਵਿੱਚ ਹਰਜੀਤ ਬਰਾੜ ਦੀ ਇੱਕ ਇੱਕ ਰੇਟ ਦੇ ਉੱਪਰ ਇੱਕ ਇੱਕ ਲੱਖ ਰੁਪਇਆ ਲੱਗਦਾ ਸੀ। ਅਖੀਰ ਜਦੋਂ ਹਰਜੀਤ ਬਰਾੜ ਦੀ ਮੌਤ ਹੋਈ ਤਾਂ ਕੀ ਉਹ ਇੱਕ ਹਾਦਸਾ ਸੀ ਜਾਂ ਇੱਕ ਸਾਜ਼ਿਸ਼ ਦੇ ਤਹਿਤ ਹਰਜੀਤ ਬਰਾੜ ਨੂੰ ਮਾਰ ਦਿੱਤਾ ਗਿਆ? ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ ਚਰਚਾ ਕਰਾਂਗੇ ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹਾਂਗੀ, ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਹਰਜੀਤ ਬਰਾੜ ਦਾ ਜਨਮ 5 ਸਤੰਬਰ 1971 ਨੂੰ ਪਿੰਡ ਬਾਜਾਖਾਨਾ ਜ਼ਿਲ੍ਹਾ ਫਰੀਦਕੋਟ ਪੰਜਾਬ ਦੇ ਵਿੱਚ ਹੋਇਆ ਸੀ। ਹਰਜੀਤ ਬਚਪਨ ਤੋਂ ਹੀ ਕਾਫੀ ਹੱਟੇ ਖੱਟੇ ਸਰੀਰ ਦਾ ਸੀ। ਇਸ ਵਜ੍ਹਾ ਕਾਰਨ ਉਹਨਾਂ ਦੇ ਪਿਤਾ ਸਰਦਾਰ ਬਖਸ਼ੀਸ਼ ਸਿੰਘ ਨੇ ਉਹਨਾਂ ਨੂੰ ਕਬੱਡੀ ਖੇਡਣ ਦੇ ਲਈ ਪ੍ਰੇਰਿਤ ਕੀਤਾ। ਆਪਣੇ ਸਕੂਲ ਦੇ ਸਮੇਂ ਦੌਰਾਨ ਹਰਜੀਤ ਬਰਾੜ ਨੇ ਸਕੂਲ ਦੀ ਟੀਮ ਦੇ ਲਈ ਕਈ ਇਨਾਮ ਜਿੱਤੇ। ਹਰਜੀਤ ਬਰਾੜ ਨੇ ਪੂਰੇ ਭਾਰਤ ਵਿੱਚ ਅਲੱਗ ਅਲੱਗ ਵਜਨ ਵਰਗ ਵਿੱਚ ਕਈ ਮੈਚ ਖੇਡੇ। ਇਹਨਾਂ ਪਿੰਡ ਪੱਧਰ ਦੇ ਟੂਰਨਾਮੈਂਟਾਂ ਵਿੱਚ ਹਰਜੀਤ ਬਰਾੜ ਨੂੰ ਫੜਨਾ ਕਿਸੇ ਵੀ ਜਾਫੀ ਦੇ ਲਈ ਲਗਭਗ ਨਾਮੁਮਕਿਨ ਸੀ। ਕਿਹਾ ਜਾਂਦਾ ਹੈ ਕਿ ਹਰਜੀਤ ਬਰਾੜ 10 ਤੋਂ 15 ਸੈਕਿੰਡ ਦੇ ਵਿੱਚ ਆਪਣਾ ਪੁਆਇੰਟ ਲੈ ਕੇ ਵਾਪਸ ਆ ਜਾਂਦਾ ਸੀ। ਅੱਗੇ ਚੱਲ ਕੇ ਸਾਲ 1994 ਵਿੱਚ ਹਰਜੀਤ ਬਰਾੜ ਨੇ ਕੈਨੇਡਾ ਵਿੱਚ ਆਪਣਾ ਪਹਿਲਾ ਇੰਟਰਨੈਸ਼ਨਲ ਕਬੱਡੀ ਮੈਚ ਖੇਡਿਆ। ਇੱਥੇ ਵੀ ਹਰਜੀਤ ਬਰਾੜ ਦੀ ਖੇਡ ਨੇ ਸਾਰਿਆਂ ਨੂੰ ਕਾਫੀ ਪ੍ਰਭਾਵਿਤ ਕੀਤਾ। ਸਾਲ 1996 ਵਿੱਚ ਹਰਜੀਤ ਬਰਾੜ ਨੂੰ ਵਰਲਡ ਕਬੱਡੀ ਕੱਪ ਖੇਡਣ ਦਾ ਮੌਕਾ ਮਿਲਿਆ। ਇਸ ਵਰਲਡ ਕਬੱਡੀ ਕੱਪ ਵਿੱਚ ਭਾਰਤ ਦੀ ਟੀਮ ਦਾ ਮੁਕਾਬਲਾ ਪਾਕਿਸਤਾਨ ਦੀ ਟੀਮ ਨਾਲ ਹੋਇਆ। ਇਸੇ ਮੈਚ ਵਿੱਚ ਹੀ ਹਰਜੀਤ ਬਰਾੜ ਦੀ ਹਰ ਇੱਕ ਰੇਡ ਦੇ ਉੱਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ। ਇਸ ਮੈਚ ਵਿੱਚ ਹਰਜੀਤ ਬਰਾੜ ਰੇਡ ਪਾਉਣ ਜਾਂਦਾ ਅਤੇ 5 ਤੋਂ 7 ਸੈਕਿੰਡ ਦੇ ਵਿੱਚ ਹੀ ਪੁਆਇੰਟ ਲੈ ਕੇ ਵਾਪਸ ਆ ਜਾਂਦਾ। ਹਰਜੀਤ ਬਰਾੜ ਬਾਜਾਖਾਨਾ ਦੀ ਇਸ ਖੇਡ ਨੂੰ ਦੇਖ ਕੇ ਇੱਕ ਅੰਗਰੇਜ਼ ਨੇ ਉਸ ਸਮੇਂ ਮਾਈਕ ਵਿੱਚ ਇਹ ਗੱਲ ਕਹੀ ਸੀ ਕਿ ਭਾਰਤ ਦੇ ਕੋਲ ਨੋਟ ਛਾਪਣ ਦੀ ਮਸ਼ੀਨ ਹੈ ਜੋ 5 ਤੋਂ 7 ਸੈਕਿੰਡ ਦੇ ਵਿੱਚ ਹੀ 1 ਲੱਖ ਰੁਪਇਆ ਛਾਪ ਦਿੰਦੀ ਹੈ। ਸਾਲ 1990 ਤੋਂ ਲੈ ਕੇ ਸਾਲ 1998 ਤੱਕ ਹਰਜੀਤ ਬਰਾੜ ਦਾ ਜਾਦੂ ਪੂਰੀ ਦੁਨੀਆ 'ਤੇ ਚੱਲ ਰਿਹਾ ਸੀ। ਪੂਰੀ ਦੁਨੀਆ ਵਿੱਚ ਲੋਕ ਹਰਜੀਤ ਬਰਾੜ ਦੀ ਇੱਕ ਝਲਕ ਦੇਖਣ ਨੂੰ ਤਰਸਦੇ ਸੀ। ਹਰਜੀਤ ਬਰਾੜ ਜਿਸ ਵੀ ਗਰਾਊਂਡ ਵਿੱਚ ਜਾਂਦਾ ਸੀ ਉਸ ਨੂੰ ਦੇਖਣ ਦੇ ਲਈ ਸਟੇਡੀਅਮ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੁੰਦੇ ਸਨ। ਜਿਸ ਸਮੇਂ ਹਰਜੀਤ ਬਰਾੜ ਆਪਣੇ ਪੂਰੇ ਸਿਖਰ 'ਤੇ ਸੀ ਉਸ ਸਮੇਂ ਉਹ ਮੰਦਭਾਗਾ ਦਿਨ ਵੀ ਆਇਆ ਜਿਸ ਦੀ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। 16 ਅਪ੍ਰੈਲ 1998 ਨੂੰ ਹਰਜੀਤ ਬਰਾੜ ਬਾਜਾਖਾਨਾ 3 ਹੋਰ ਉੱਘੇ ਕਬੱਡੀ ਖਿਡਾਰੀਆਂ ਦੇ ਨਾਲ, ਜਿਨ੍ਹਾਂ ਦੇ ਵਿੱਚ ਤਲਵਾਰ ਕੌਂਕੇ, ਕੇਵਲ ਲੋਪੋਕੇ ਅਤੇ ਕੇਵਲ ਸੇਖਾਂ ਸੀ, ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮਾਰਿਆ ਗਿਆ। ਇਸ ਹਾਦਸੇ ਵਿੱਚ ਪਿੰਡ ਸਿੱਧਵਾਂ ਕਲਾਂ ਦਾ ਸੁਖਚੈਨ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸਨੂੰ PGI ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਤੋਂ ਬਾਅਦ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਹਨਾਂ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਕਬੱਡੀ ਖਿਡਾਰੀ ਆਪਣੀ ਵਿਦੇਸ਼ ਯਾਤਰਾ ਲਈ ਵੀਜ਼ਾ ਹਾਸਲ ਕਰਨ ਲਈ ਨਵੀਂ ਦਿੱਲੀ ਜਾ ਰਹੇ ਸਨ। ਇਹ ਸਾਰੇ ਖਿਡਾਰੀ ਨੈਸ਼ਨਲ ਹਾਈਵੇ 95 ਦੇ ਖਾਰੜ ਮੋਰਿੰਡਾ ਸਟਰੈਚ 'ਤੇ ਇੱਕ ਜਿਪਸੀ ਵਿੱਚ ਸਵਾਰ, ਜਿਸ ਦਾ ਨੰਬਰ PB10U0097 'ਤੇ ਸਫ਼ਰ ਕਰ ਰਹੇ ਸਨ। ਇਹ ਹਾਦਸਾ ਮੋਰਿੰਡਾ ਕਸਬੇ ਦੇ ਨੇੜੇ ਵਾਪਰਿਆ ਜਦੋਂ ਰਜਿਸਟ੍ਰੇਸ਼ਨ ਨੰਬਰ HR9523 ਵਾਲਾ ਇੱਕ ਟਰੱਕ ਉਹਨਾਂ ਦੇ ਵਾਹਨ ਨਾਲ ਟਕਰਾ ਗਿਆ। ਇਸ ਨਾਲ ਉਹਨਾਂ ਵਿੱਚੋਂ 4 ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 5ਵਾਂ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। 4ੋਂ ਕਬੱਡੀ ਖਿਡਾਰੀਆਂ ਨੂੰ ਖਰੜ ਦੇ ਹਸਪਤਾਲ ਲਿਆਂਦਾ ਗਿਆ। ਪੋਸਟਮਾਰਟਮ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ ਗਿਆ। ਹਰਜੀਤ ਬਰਾੜ ਦੀ ਮੌਤ ਨੇ ਅਚਾਨਕ ਇੱਕ ਯੁੱਗ ਦਾ ਅੰਤ ਕਰ ਦਿੱਤਾ। ਹਰਜੀਤ ਬਰਾੜ ਬਾਜਾਖਾਨਾ ਨੇ ਉਹ ਹਾਸਲ ਕਰ ਲਿਆ ਜੋ ਕੋਈ ਹੋਰ ਕਬੱਡੀ ਖਿਡਾਰੀ ਨਹੀਂ ਕਰ ਸਕਿਆ। ਉਸਦੀ ਅਥਾਹ ਪ੍ਰਸਿੱਧੀ ਅਤੇ ਵਿੱਤੀ ਸੰਕਟ ਦੇ ਬਾਵਜੂਦ ਉਹ ਨਿਮਰ ਰਿਹਾ ਅਤੇ ਪ੍ਰਸਿੱਧੀ ਦੇ ਰਾਕਸ਼ ਨੂੰ ਦੂਰ ਰੱਖਿਆ। ਬੇਸ਼ੱਕ ਹਰਜੀਤ ਬਰਾੜ ਅੱਜ ਇਸ ਦੁਨੀਆ 'ਤੇ ਨਹੀਂ ਹੈ, ਪਰ ਸ਼ਾਇਦ ਹੀ ਕੋਈ ਅਜਿਹਾ ਕਬੱਡੀ ਟੂਰਨਾਮੈਂਟ ਹੋਵੇ ਜਿੱਥੇ ਹਰਜੀਤ ਬਰਾੜ ਨੂੰ ਨਾ ਯਾਦ ਕੀਤਾ ਜਾਂਦਾ ਹੋਵੇ। ਜੇਕਰ ਆਪਾਂ ਹਰਜੀਤ ਬਰਾੜ ਬਾਜਾਖਾਨਾ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੇ ਪਿਤਾ ਸਰਦਾਰ ਬਖਸ਼ੀਸ਼ ਸਿੰਘ ਅਤੇ ਮਾਤਾ ਸਰਦਾਰਨੀ ਸਤਵੰਤ ਕੌਰ, ਇਸ ਦੇ ਨਾਲ ਹੀ
ਉਹਨਾਂ ਦੀ ਪਤਨੀ ਅਤੇ ਉਹਨਾਂ ਦੀ ਇੱਕ ਬੇਟੀ ਜਿਨ੍ਹਾਂ ਦਾ ਨਾਮ ਗਗਨ ਹਰਜੀਤ ਬਰਾੜ ਹੈ। ਹਰਜੀਤ ਬਰਾੜ ਬਾਜਾ ਖਾਨਾ ਦੀ ਮੌਤ ਤੋਂ ਬਾਅਦ ਕੁਝ ਲੋਕਾਂ ਦਾ ਕਹਿਣਾ ਸੀ ਕਿ ਹਰਜੀਤ ਬਰਾੜ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ ਇਹ ਹਾਦਸਾ ਜਾਣ ਬੁੱਝ ਕੇ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਸੀ ਕਿ ਇਹ ਕੋਈ ਹਾਦਸਾ ਨਹੀਂ ਬਲਕਿ ਇੱਕ ਸਾਜ਼ਿਸ਼ ਸੀ ਜਿਸ ਦੇ ਤਹਿਤ ਟੌਪ ਦੇ ਕਬੱਡੀ ਖਿਡਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪਰ ਜਦੋਂ ਅਸੀਂ ਇਸ ਦੀ ਡੂੰਘਾਈ ਵਿੱਚ ਜਾਂਚ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਇੱਕ ਹਾਦਸਾ ਸੀ। ਦੋਸਤੋ, ਹਰਜੀਤ ਬਰਾੜ ਨੇ ਸਿਰਫ ਪੰਜਾਬ ਹੀ ਨਹੀਂ ਬਲਕਿ ਪੂਰੇ ਭਾਰਤ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ। ਅਸੀਂ ਇਸ ਖਿਡਾਰੀ ਨੂੰ ਅਤੇ ਇਸ ਦੀ ਮਿਹਨਤ ਨੂੰ ਦਿਲੋਂ ਸਲੂਟ ਕਰਦੇ ਹਾਂ। ਹਰਜੀਤ ਬਰਾੜ ਸਾਡੇ ਵਿੱਚ ਸਦਾ ਲਈ ਅਮਰ ਹੈ ਅਤੇ ਅਮਰ ਹੀ ਰਹੇਗਾ। ਤਾਂ ਦੋਸਤੋ, ਇਹ ਸੀ ਕਹਾਣੀ ਦ ਲੈਜੈਂਡ ਆਫ ਕਬੱਡੀ ਹਰਜੀਤ ਬਰਾੜ ਬਾਜਾ ਖਾਨਾ ਦੀ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਆਪਣਾ ਕੀਮਤੀ ਸਮਾਂ ਦੇਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ।